ਹਾਂਜੀ ਦੋਸਤੋ ਇੱਕ ਸਵਖ ਦੀ ਸਭ ਤੋਂ ਵੱਡੀ ਖਬਰ ਨਿਕਲ ਕੇ ਆ ਰਹੀ ਹੈ ਪੰਜਾਬ ਸਰਕਾਰ ਵੱਲੋਂ ਕੈਪਟਨ ਵੱਲੋਂ ਐਲਾਨ ਕਰ ਦਿੱਤਾ ਗਿਆ ਵੱਡੀ ਖਬਰ ਕਰੋਨਾ ਦੇ ਚੱਲਦੇ ਪੰਜਾਬ ਸਰਕਾਰ ਨੇ ਵਧਾਈ ਸਾਤੀ ਨਵੀਂ ਪਾਬੰਦੀਆਂ ਦੇ ਨਾਲ ਜਾਰੀ ਕੀਤੇ ਇਹ ਫਰਮਾਨ ਮੈਂ ਤੁਹਾਨੂੰ ਦੱਸਣ ਲੱਗਿਆ ਸਕੂਲਾਂ ਕਾਲਜਾਂ ਦੀ ਕੀ ਹੈ ਇੱਥੇ ਸਥਿਤੀ ਹਾਂਜੀ ਦੇ ਦੋਸਤੋ ਸਾਰੇ ਵਿਦਿਅਕ ਸੰਸਥਾਵਾਂ ਜਿਵੇਂ ਕਿ ਸਕੂਲ ਕਾਲਜ ਪੂਰੀ ਤਰ੍ਹਾਂ ਬੰਦ ਰਹਿਣਗੇ ਪਰ ਸਰਕਾਰੀ ਸਕੂਲਾਂ ਦੇ ਟੀਚਿੰਗ ਅਤੇ ਨਾਨ ਟੀਚਿੰਗ ਸਟਾਫ ਨੋ ਡਿਊਟੀ ਤੇ ਹੌਣ ਆ ਪਵੇਗਾ ਸਾਰੇ ਮੈਡੀਕਲ ਨਰਸਿੰਗ ਕਾਲਜ ਖੁੱਲੇ ਰਹਿਣਗੇ ਸਰਕਾਰ ਨੇ ਹਰ ਤਰ੍ਹਾਂ ਦੀ ਭਰਤੀ ਪ੍ਰੀਖਿਆਵਾਂ ਨੂੰ ਮੁਲਤ ਵੀ ਕਰ ਦਿੱਤਾ ਹੈ ਇਹ ਪਾਬੰਦੀਆਂ 15 ਮਈ 2021 ਤੱਕ ਲਾਗੂ ਰਹਿਣਗੀਆਂ ਸਾਰੇ ਹਫਤਾਵਾਰੀ ਬਾਜ਼ਾਰ ਜਿਵੇਂ ਕਿ ਮੰਡੀਆਂ ਪੂਰੀ ਤਰ੍ਹਾਂ ਬੰਦ ਰਹਿਣਗੀਆਂ ਇਸੇ ਤਰ੍ਹਾਂ ਸਮਾਜਿਕ ਸੱਭਿਆਚਾਰ ਤੇ ਖੇਡਾਂ ਸੰਬੰਧੀ ਇਕੱਠਾਂ ਤੇ ਪੂਰੀ ਤਰ੍ਹਾਂ ਪਾਬੰਦੀ ਲਗਾ ਦਿੱਤੀ ਪੜਾਈ ਮੇਂ ਮੰਨੀ ਲਗ ਰਹਾ ਦੋਸਤੋ ਘਬਰਾਣੇ ਕੀ ਕੋਈ ਜ਼ਰੂਰਤ ਨਹੀਂ ਕਿਉਂਕਿ ਸਭੀ ਕਾ ਸਮਾਧਾਨ ਹੈ ਡਾਊਨਲੋਡ ਐਪ अगर आपसे कोई भी सवाल हल नहीं हो रहा है उसका सलूशन नहीं मिल रहा उसकी फोटो लेनी है उसे क्रॉप करना है और पाँच सेकंड के अंदर अंदर आपको उसका वीडियो सलूशन मिल जाएगा चाहे वो आपका क्वेश्चन होमवर्क का हो सीबीएसई बोर्ड यूपी बिहार मध्य प्रदेश राजस्थान एमपी या फिर किसी और स्टेट बोर्ड का हो आई आई टी और एडवांस सभी के सवालों के जवाब इस ऐप पर से ट्वेल्थ क्लास का हर एक सवाल डाउनलोड ऐप पर सब्जेक्ट फिजिक्स केमिस्ट्री मैथ बायोलॉजी सभी के सवालों के जवाब डाउनलोड ऐप पर अब डाउनलोड पर पढ़ी है कोटा की वेस्ट फैकल्टी जहाँ जी बी सर एन जी प्रिंस सर जैसे टॉप टीचर्स जैसे अभी पढ़ाई होगी पूरी डाउनलोड ऐप पर तीन करोड़ से ज़्यादा स्टूडेंट इस पर ट्रस्ट करते हैं अभी जाइए और डाउनलोड कीजिए डाउनलोड ऐप दी गई है एक तो खबर देख सकते सद पैराग्राफ थोड़े मोस्ट इंपॉर्टेंट है स्टूडेंटा वास्ते जोड़े कॉलेज ने यूनवर्सिटिया ने प्रोपरली बंद कर दिते गए हैं पंद्रह मई तक स्कूल कॉलों भी पूरी तरह ब्लॉक कर दिया गया है लेकिन जेडे ਟੀਚਿੰਗ ਸਟਾਫ ਨੇ ਉਹਨਾਂ ਨੂੰ ਸਕੂਲ 'ਤੇ ਡਿਊਟੀ ਵਾਸਤੇ ਆਉਣਾ ਹੀ ਪਵੇਗਾ ਹਰ ਤਰ੍ਹਾਂ ਦੀ ਪ੍ਰੀਖਿਆ ਨੂੰ ਮੁਲਤਵੀ ਕਰ ਦਿੱਤਾ ਗਿਆ ਹੈ ਚਾਹੇ ਉਹ ਭਰਤੀ ਹੋਵੇ ਚਾਹੇ 12ਵੀਂ ਕਲਾਸ ਦੀ ਪ੍ਰੀਖਿਆ ਹੋਵੇ ਚਾਹੇ ਬੀਏ ਐਮਏ ਦੂਜੇ ਚੌਥੇ ਛੇਵੇਂ ਸੈਮੈਸਟਰ ਦੀ ਪ੍ਰੀਖਿਆ ਹੋਵੇ ਸਾਰੀਆਂ ਪ੍ਰੀਖਿਆਵਾਂ ਮ 15 ਮਈ ਤੱਕ ਮੁਲਤਵੀ ਵੀਡੀਓ ਨੂੰ ਸ਼ੇਅਰ ਕਰੋ ਆਪਣੇ ਦੋਸਤਾਂ ਨਾਲ ਤਾਂ ਜੋ ਉਹਨਾਂ ਤੱਕ ਵੀ ਸਾਰੀ ਜਾਣਕਾਰੀ ਪਹੁੰਚ ਸਕੇ ਧੰਨਵਾਦ